ਗੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਕੇਂਦਰੀ ਖੇਤੀ ਬਿੱਲਾਂ ਖਿਲਾਫ਼ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਹ ਬਿੱਲ ਜਿੱਥੇ ਕਿਸਾਨ ਜਥੇਬੰਦੀਆਂ ਦੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਿਰੋਧ ਕਰ ਰਹੀਆਂ ਨੇ, ਅਜਿਹੇ ਵਿੱਚ ਪੰਜਾਬੀ ਗਾਇਕਾਂ ਤੇ ਕਲਾਕਾਰਾਂ ਨੇ ਵੀ ਖੇਤੀ ਬਿੱਲਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ। ਹੁਣ ਗਿੱਪੀ ਗਰੇਵਾਲ ਨੇ ਵੀ ਸੋਸ਼ਲ ਮੀਡੀਆ ਤੇ ਬਿੱਲਾਂ ਦੇ ਖਿਲਾਫ਼ ਆਵਾਜ਼ ਚੁੱਕਦਿਆਂ ਇੱਕ ਗੀਤ ਪੇਸ਼ ਕੀਤਾ, ਜਿਸ ਵਿੱਚ ਉਹਨਾਂ ਨੇ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਦੀ ਗੱਲ ਆਖੀ ਹੈ। ਹੋ ਕਿੰਨਾ ਚਿਰ ਦੱਸ ਸਹੀ ਏ ਧੱਕੇ, ਕੁਝ ਕਰਨਾ ਜਾਈਏ ਤੈਥੋਂ ਅੱਕੇ। ਹੋ ਤੇਰੇ ਦਿੱਤੇ ਕਰਜੇ ਜੋ ਅਸੀਂ ਸਾਰੇ ਧਾਰਨੇ ਨੇ, ਹੋਏ ਅਸੀਂ ਨਹੀਂ ਮਰਨਾ, ਅਸੀਂ ਨਹੀਂ ਮਰਨਾ ਸਰਕਾਰੇ। ਹੋ ਤੇਰੇ ਜ਼ੁਲਮ ਮਾਰਨੇ ਨੇ, ਹੋ ਬਲਦਾਂ ਦੇ ਪਹਿਰਾਂ ਚੋਂ ਲਹਾ ਕੇ ਖੁਰੀਆਂ ਓਏ ਅਸੀਂ ਆਪਣੇ ਆਪ ਪਹਿਰਾਂ ਵਿੱਚ ਲਾਈਆਂ ਨੇ। ਆਪ ਭਾਵੇਂ ਖਾਧੀ ਅਸੀਂ ਇੱਕ ਡੰਗ ਰੋਟੀ, ਪਰ ਤੁਹਾਡੇ ਢਿੱਡ ਤਿਕਰੀ ਪਚਾਈਆਂ ਨੇ। ਆ ਤੁਹਾਡੇ ਬਿਲਬੁਲ ਲੰਡੂ ਜੇ, ਹੋਏ ਅਸੀਂ ਸਾਰੇ ਸਾੜਨੇ ਨੇ, ਅਸੀਂ ਨਹੀਂ ਮਰਨਾ, ਹੋਏ ਅਸੀਂ ਨਹੀਂ ਮਰਨਾ ਸਰਕਾਰੇ। ਹੋ ਤੇਰੇ ਜ਼ੁਲਮ ਮਾਰਨੇ ਨੇ। ਕਿਸਾਨਾਂ ਦੇ ਹੱਕ ਲਈ ਸੁਪਰਸਟਾਰ ਦਲਜੀਤ ਦੁਸਾਂਝ ਵੀ ਅੱਗੇ ਹਨ। ਖੇਤੀਬਾੜੀ ਨੇਸਰਾ ਦਲਜੀਤ ਦੁਸਾਂਝ ਨੇ ਵੀ ਖੁੱਲ੍ਹ ਕੇ ਵਿਰੋਧ ਕੀਤਾ। ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੁਸਾਂਝ ਨੇ ਵੀ ਟਵੀਟ ਕਰਦਿਆਂ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਦਿੱਤਾ। ਇਹਨਾਂ ਪੰਜਾਬੀ ਗਾਇਕਾਂ ਤੋਂ ਇਲਾਵਾ ਹੋਰ ਵੀ ਕਈ ਪੰਜਾਬੀ ਸਿਤਾਰੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਚੁੱਕ ਰਹੇ ਨੇ। ਪੰਜਾਬ ਦੇ ਦਿੱਗਜ ਗਾਇਕ ਗੁਰਦਾਸ ਮਾਨ ਨੇ ਵੀ ਆਪਣੀ ਖੇਤੀ ਕਰਦੇ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ ਕਿ ਕਿਸਾਨ ਹੈ ਤੇ ਹਿੰਦੁਸਤਾਨ ਹੈ, ਜੈ ਜਵਾਨ ਜੈ ਕਿਸਾਨ। ਇਸ ਦੇ ਨਾਲ ਹੀ ਗਾਇਕ ਰਣਜੀਤ ਬਾਵਾ ਵੀ ਇਸ ਮਾਮਲੇ ਵਿੱਚ ਖੁੱਲ੍ਹ ਕੇ ਨਿਤਰੇ ਨੇ। ਰਣਜੀਤ ਬਾਵਾ ਨੇ ਗੁਰਦਾਸਪੁਰ ਤੋਂ ਬੀਜੇਪੀ ਦੇ MP ਤੇ ਬਾਲੀਵੁੱਡ ਅਦਾਕਾਰਾ ਸੰਨੀ ਦਿਓਲ ਨੂੰ ਵੀ ਅਪੀਲ ਕੀਤੀ ਹੈ ਕਿ ਰਣਜੀਤ ਬਾਵਾ ਨੇ ਲਿਖਿਆ ਹੈ, ਸਰ ਤੁਸੀਂ ਗੁਰਦਾਸਪੁਰ ਤੋਂ MP ਹੋ, ਤੁਹਾਨੂੰ ਕਿਸਾਨਾਂ ਲਈ ਕੁਝ ਕਰਨਾ ਚਾਹੀਦਾ, ਘੱਟੋ ਘੱਟ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ, ਤੁਹਾਨੂੰ ਪੰਜਾਬੀਆਂ ਨੇ ਬਹੁਤ ਉਮੀਦ ਦੇ ਨਾਲ MP ਬਣਾਇਆ ਹੈ, ਮੈਂ ਖੁਦ ਵੀ ਗੁਰਦਾਸਪੁਰ ਤੋਂ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਬਹੁਤ ਬਹੁਤ ਪਿਆਰ ਔਰ ਸਤਿਕਾਰ ਆਪ ਸਭ ਦੇ ਲਈ। ਮੁਲਕ ਦੀ ਕਿਸਾਨੀ ਨੂੰ ਲੈ ਕੇ ਜੋ ਵੀ ਬਿੱਲ ਪਾਸ ਹੋ ਰਹੇ, ਸਭ ਤੋਂ ਪਹਿਲਾਂ ਤੋਂ ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਇਸ ਬਿੱਲ ਦੀ ਨਿੰਦਿਆ ਕਰਦਾ, ਵਿਰੋਧ ਕਰਦਾ। ਅਸੀਂ ਇਹਨਾਂ ਦੇ ਇਸ ਹੱਕ 'ਚ ਨਹੀਂ ਹਾਂ ਅਤੇ ਇੱਕ ਕਲਾਕਾਰ ਗੋਈਆ ਹੋਣ ਦੇ ਨਾਤੇ ਆਪਣੀ ਕਲਮ ਰਾਹੀਂ, ਆਪਣੀ ਆਵਾਜ਼ ਰਾਹੀਂ, ਆਪਣੇ ਸ਼ਬਦਾਂ ਲਫ਼ਜ਼ਾਂ ਰਾਹੀਂ ਇਸ ਸੰਘਰਸ਼ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨੂੰ ਮਾਲਕ ਨੇ ਗਾਇਕੀ ਬਖਸ਼ੀ ਹੈ ਤਾਂ ਇੱਕ ਗੀਤ ਜ਼ਰੀਏ ਹਿੱਸੇਦਾਰੀ ਪਾਉਣੀ ਚਾਹੁੰਦੇ ਹਾਂ ਅਸੀਂ। ਅਤੇ ਇਹ ਗੀਤ ਅੱਖਾਂ ਖੋਲ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ ਗਏ, ਅੱਗੇ ਬਹੁਤ ਕੁਛ ਬਿਆਨ ਕੀਤਾ, ਜੋ ਜੋ ਵੀ ਜਿੱਥੇ ਜਿੱਥੇ ਵੀ ਸ਼ਰਾਰਤਾਂ ਹੋ ਰਹੀਆਂ, ਜੋ ਜੋ ਵੀ ਸਾਡੇ ਸੂਬੇ ਨੂੰ ਸਾਡੀ ਕਿਰਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਉਹਨਾਂ ਦੇ ਅਗੇਂਸਟ ਇਹ ਬੜੀ ਖੁੱਲ੍ਹੀ ਜਿਹੀ ਆਵਾਜ਼ ਹੈ, ਬਾਗੀ ਜਿਹਾ ਨਾਰਾ ਹੈ। ਤਾਂ ਕੱਲ੍ਹ ਨੂੰ ਅਸੀਂ ਇਸ ਗੀਤ ਨੂੰ ਰਿਲੀਜ਼ ਕਰਾਂਗੇ, ਅੱਖਾਂ ਖੋਲ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ ਗਏ, ਸਾਡੇ ਵਾਲੇ ਚੈਨਲ ਤੋਂ ਹੀ ਸੁਬਾਹ ਇਹ ਗੀਤ ਨੇ ਆ ਜਾਣਾ। ਅਤੇ ਜਿੰਨੇ ਵੀ ਸਾਡੇ ਭੈਣ ਭਰਾ, ਸਾਡੇ ਬਜ਼ੁਰਗ ਕਿਸਾਨ, ਆਪਣੇ ਜਥੇਬੰਦੀਆਂ ਜਿਹੜੀਆਂ ਸਾਰੀਆਂ ਸਾਡੇ, ਉਹਨਾਂ 'ਚ ਬਜ਼ੁਰਗ ਵੀ ਨੇ, ਸਾਡੇ ਭਰਾ ਵੀ ਨੇ, ਸਾਡੇ ਤੋਂ ਛੋਟੇ ਵੀ ਨੇ, ਜਿੰਨੇ ਵੀ ਆਪਣਾ ਟਾਈਮ ਦੇ ਰਹੇ ਆ, ਸੰਘਰਸ਼ ਕਰ ਰਹੇ ਆ, ਲੜ ਰਹੇ ਆ, ਉਹਨਾਂ ਦੀ ਸਿਹਤਯਾਬੀ ਦੀ ਅਰਦਾਸ ਕਰਦੇ ਹਾਂ। ਔਰ ਇਸ ਸੰਘਰਸ਼ ਦੇ ਵਿੱਚ ਅਖੀਰ ਦੇ ਵਿੱਚ ਆ ਕੇ ਜਿੱਤ ਲਈ ਉਸ ਪਰਮਾਤਮਾ ਅੱਗੇ ਸਾਡੀ ਸਦਾ ਹੀ ਅਰਦਾਸ ਹੈ ਕਿ ਕਦੇ ਵੀ ਤੱਤੀ ਵਾਰ ਨਾ ਲੱਗੇ, ਕਿਉਂਕਿ ਲੈ ਦੇ ਕੇ ਸਾਡੇ ਕੋਲ ਖੇਤੀ ਹੋਈ ਹੈ। ਇਸ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਅਸੀਂ ਕਿਸੇ ਹੋਰ ਪੱਖ ਤੋਂ ਦੇਖ ਸਕਦੇ ਹਾਂ। ਤਾਂ ਪਰਮਾਤਮਾ ਅੱਗੇ ਇਹ ਦਿਲੋਂ ਅਰਦਾਸ ਹੈ ਕਿ ਮਾਲਕ ਸਾਡੇ ਸੰਘਰਸ਼ ਨੂੰ ਪੂਰਾ ਕਰੇ ਅਤੇ ਅਖੀਰ 'ਤੇ ਆ ਕੇ ਜਿੱਤ ਕੇ ਆਈਏ ਅਸੀਂ। ਤਾਂ ਇਸੇ ਭਾਵਨਾ ਨੂੰ ਬਸ ਮੈਂ ਇੱਕ ਗੀਤ ਰਾਹੀਂ ਤੁਹਾਡੇ ਤੱਕ ਲੈ ਕੇ ਆ ਰਿਹਾ। ਕੱਲ੍ਹ ਨੂੰ ਅੱਖਾਂ ਖੋਲ ਪੰਜਾਬ ਸਿਆਂ ਤੇਰੇ ਘਰ 'ਚ ਲੁਟੇਰੇ ਵਰਗੀ, ਮਾਲਕ ਪੰਜਾਬ ਨੂੰ ਔਰ ਸਾਰੇ ਸੂਬਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ।